ਹੈਲੋ ਦੋਸਤੋ, ਜਿਵੇਂ ਕਿ ਅੱਜ ਕੱਲ੍ਹ ਦਾ ਇੱਕ ਕਰੇਜ਼ ਬਣ ਗਿਆ ਹੈ ਕਿ ਮੋਸਟਲੀ ਬੱਚੇ ਕੈਨੇਡਾ ਜਾਂ ਵੈਸਟਰਨ ਕੰਟਰੀ ਦੇ ਵਿੱਚ ਜਾ ਕੇ ਸੈਟਲ ਹੋ ਰਹੇ ਨੇ। ਇੱਥੋਂ ਬੱਚੇ ਕੈਨੇਡਾ ਦੇ ਲਈ ਚਲੇ ਤਾਂ ਜਾਂਦੇ ਨੇ, ਵਿਜ਼ਟਰ ਵੀਜ਼ਾ ਲਵਾ ਕੇ ਜਾਂ ਸਟੱਡੀ ਵੀਜ਼ੇ 'ਤੇ ਚਲੇ ਜਾਂਦੇ ਨੇ, ਬਟ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਸਟੱਡੀ ਵੀਜ਼ੇ 'ਤੇ ਜਾਣ ਤੋਂ ਪਹਿਲਾਂ ਉਹਨਾਂ ਨੂੰ ਕੀ ਤਿਆਰੀ ਕਰਕੇ ਜਾਣੀ ਚਾਹੀਦੀ ਹੈ। ਸੋ ਤੁਹਾਡੇ ਸਭ ਦੇ ਫਾਇਦੇ ਲਈ ਕੈਨੇਡਾ ਦੇ ਲੋਕਾਂ ਦੇ ਵੱਲੋਂ ਇੰਡੀਆ ਦੇ ਵਿੱਚ ਇੱਕ ਇੰਸਟੀਟਿਊਟ ਖੋਲ੍ਹਿਆ ਗਿਆ ਹੈ, ਜਿੱਥੋਂ ਤੁਹਾਨੂੰ ਕੈਨੇਡਾ ਦੇ ਬਾਰੇ ਸਾਰੀ ਜਾਣਕਾਰੀ ਬਿਲਕੁਲ ਫ੍ਰੀ ਦੇ ਵਿੱਚ ਮਿਲੇਗੀ। ਕੈਨੇਡਾ ਜਾਣ ਤੋਂ ਪਹਿਲਾਂ ਤੁਹਾਨੂੰ ਕੀ ਤਿਆਰੀ ਕਰਕੇ ਜਾਣੀ ਚਾਹੀਦੀ ਹੈ, ਕੈਨੇਡਾ ਸਰਕਾਰ ਦੇ ਕੀ ਰੂਲ ਨੇ, ਉੱਥੇ ਤੁਹਾਨੂੰ ਕਿੱਥੇ ਕਿੱਥੇ ਵਧੀਆ ਢੰਗ ਦੇ ਨਾਲ ਜੋਬ ਪ੍ਰਾਪਤ ਹੋ ਸਕਦੀ ਹੈ ਅਤੇ ਕਿਵੇਂ ਤੁਸੀਂ ਜੋਬ ਲੈ ਸਕਦੇ ਹੋ, ਕਿੰਨਾ ਤੁਹਾਡਾ ਸੈਲਰੀ ਪੈਕੇਜ ਹੋਏਗਾ ਅਤੇ ਕੈਨੇਡਾ ਦੇ ਵਿੱਚ ਕਿਹੜੇ ਪ੍ਰੋਵਿੰਸ ਦੇ ਵਿੱਚ ਰਹਿਣ ਦਾ ਖਰਚਾ ਜ਼ਿਆਦਾ ਹੁੰਦਾ ਹੈ ਅਤੇ ਕਿਹੜੇ ਪ੍ਰੋਵਿੰਸ ਦੇ ਵਿੱਚ ਘੱਟ ਹੁੰਦਾ ਹੈ, ਕਿਉਂਕਿ ਕੈਨੇਡਾ ਦੇ ਕਾਫ਼ੀ ਜ਼ਿਆਦਾ ਪ੍ਰੋਵਿੰਸ ਨੇਗੇ, ਅਤੇ ਕਿਹੜੇ ਇੰਸਟੀਟਿਊਟ ਜਿਹੜੇ ਤੁਸੀਂ ਪੜ੍ਹਨ ਲਈ ਵਿੱਦਿਅਕ ਸੰਸਥਾਵਾਂ ਦੇ ਵਿੱਚ ਜਾਂਦੇ ਹੋ, ਕਿਸੇ ਇੰਸਟੀਟਿਊਟ ਦੀ ਫੀਸ ਘੱਟ ਹੁੰਦੀ ਹੈ ਅਤੇ ਕਿਸੇ ਦੀ ਜ਼ਿਆਦਾ ਹੁੰਦੀ ਹੈ, ਕਿਸੇ ਪ੍ਰੋਵਿੰਸ ਦੇ ਵਿੱਚ ਤੁਸੀਂ ਬਹੁਤ ਹੀ ਘੱਟ ਟਾਈਮ ਦੇ ਵਿੱਚ ਪੱਕੇ ਹੋ ਸਕਦੇ ਹੋ ਅਤੇ ਕਿਸੇ ਪ੍ਰੋਵਿੰਸ ਦੇ ਵਿੱਚ ਪੱਕੇ ਹੋਣ ਲਈ ਤਕਰੀਬਨ ਤੁਹਾਨੂੰ 5 ਸਾਲ ਤੱਕ ਲੱਗ ਜਾਂਦੇ ਨੇ। ਅਤੇ ਕਾਫ਼ੀ ਐਸੇ ਪ੍ਰੋਵਿੰਸ ਨੇ ਜਿਨ੍ਹਾਂ ਦੇ ਵਿੱਚ ਤੁਹਾਨੂੰ ਮਕਾਨ ਬਹੁਤ ਮਹਿੰਗੇ ਮਿਲਦੇ ਨੇ ਅਤੇ ਕਾਫ਼ੀ ਐਸੇ ਪ੍ਰੋਵਿੰਸ ਨੇ ਜਿੱਥੇ ਤੁਸੀਂ ਬਹੁਤ ਹੀ ਸੌਖੇ ਢੰਗ ਦੇ ਨਾਲ ਸਸਤਾ ਮਕਾਨ ਖਰੀਦ ਸਕਦੇ ਹੋ। ਸੋ ਅਗਰ ਤੁਸੀਂ ਡਿਟੇਲ ਦੇ ਵਿੱਚ ਜਾਣਕਾਰੀ ਲੈਣੀ ਹੈ ਕੈਨੇਡਾ ਦੇ ਬਾਰੇ ਅਤੇ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਕੈਨੇਡਾ ਤੁਸੀਂ ਕਿਵੇਂ ਸੈਟਲ ਹੋ ਸਕਦੇ ਹੋ, ਤਾਂ ਤੁਸੀਂ ਸਾਡੇ ਪਿੱਛੇ ਦਿੱਤੇ ਗਏ ਨੰਬਰਾਂ ਦੇ ਉੱਤੇ ਸੰਪਰਕ ਕਰ ਸਕਦੇ ਹੋ ਅਤੇ ਸਾਡੇ ਤੋਂ ਜਾਣਕਾਰੀ ਲੈ ਸਕਦੇ ਹੋ, ਜਾਂ ਫਿਰ ਸਾਡੇ ਇੰਸਟੀਟਿਊਟ ਦੇ ਵਿੱਚ ਆ ਕੇ ਮਿਲ ਸਕਦੇ ਹੋ, C174 ਫੋਕਲ ਪੁਆਇੰਟ ਪਟਿਆਲਾ। ਸੋ ਤੁਹਾਨੂੰ ਬਿਲਕੁਲ ਜੈਨੂਇਨ ਜਾਣਕਾਰੀ ਦਿੱਤੀ ਜਾਏਗੀ ਜਿਹੜੀ ਕਿ ਕੈਨੇਡਾ ਦੇ ਬਾਰੇ ਬਿਲਕੁਲ ਸਹੀ ਹੋਏਗੀ। ਸੋ ਵਧੇਰੇ ਜਾਣਕਾਰੀ ਦੇ ਲਈ ਵੀਡੀਓ ਨੂੰ ਜ਼ਿਆਦਾ ਲਾਈਕ ਅਤੇ ਸ਼ੇਅਰ ਕਰੋ ਤਾਂ ਕਿ ਇਹ ਵੀਡੀਓ ਉਹਨਾਂ ਬੱਚਿਆਂ ਤੱਕ ਜ਼ਰੂਰ ਪਹੁੰਚੇ ਜਿਹੜੇ ਬੱਚੇ ਫਿਊਚਰ ਦੇ ਵਿੱਚ ਕੈਨੇਡਾ ਜਾਣ ਦਾ ਪਲੈਨ ਕਰ ਰਹੇ ਨੇ ਅਤੇ ਉਹ ਸਹੀ ਰਸਤਾ ਬਣਾ ਕੇ ਕੈਨੇਡਾ ਜਾ ਸਕਣ, ਇੱਥੋਂ ਵਧੀਆ ਸਕਿੱਲ ਸਿੱਖ ਕੇ ਜਾ ਸਕਣ ਤਾਂ ਕਿ ਉੱਥੇ ਜਾ ਕੇ ਉਹ ਥੋੜ੍ਹੇ ਟਾਈਮ ਦੇ ਵਿੱਚ ਵਧੀਆ ਇਨਕਮ ਪ੍ਰਾਪਤ ਕਰਨ ਦੇ ਕਾਬਿਲ ਬਣ ਸਕਣ। ਥੈਂਕ ਯੂ।